ਮਮਲ ਸ਼ਰੀਫ ਖਾਲਸ ਸਾਹਿਬ ਦਾ ਇੱਕ ਕਲਾਮ। ਘਰ ਸ਼ੀਸ਼ੇ ਦੇ ਹੋਣ ਜੇ ਆਪਣੇ ਵੀ ਪੱਥਰ, ਕਦੀ ਗੁਆਂਢੀਆਂ ਦੇ ਮਾਰੀਏ ਨਾ, ਜੇ ਫਿਰ ਆ ਜਾਵੇ ਪੱਥਰ ਉਧਰੋਂ ਵੀ ਵੈਣ ਪਾ ਕੇ ਵਾਲ ਖਿਲਾਰੀਏ ਨਾ। ਲਾਲ ਨਹਿਰੀ ਜਦੋਂ ਕਦੀ ਚੱਲ ਪਵੇ ਬਾਹਰ ਬੈਠ ਕੇ ਜ਼ੁਲਫਾਂ ਸਵਾਰੀਏ ਨਾ, ਤਿਲਕ ਦੂਜੇ ਦੇ ਮੱਥੇ ਤੋਂ ਲਾ ਕੇ ਤੇ ਕਦੀ ਆਪਣਾ ਹੁਸਨ ਨਿਖਾਰੀਏ ਨਾ। ਦੁਸ਼ਮਣ ਮਰਨ ਤੇ ਖੁਸ਼ੀ ਨਾ ਕਦੀ ਕਰੀਏ, ਆਖਰ ਸੱਜਣਾ ਵੀ ਇੱਕ ਦਿਨ ਮਰ ਜਾਣਾ। ਕਿਸੇ ਜਹਾਜ਼ ਅੰਦਰ, ਕਿਸੇ ਸੂਲੀ ਉੱਤੇ, ਕਿਸੇ ਮੰਜੀ ਤੇ ਵਾਅਦਾ ਪੂਰਾ ਕਰ ਜਾਣਾ। ਇਹ ਤੇ ਖੇਡ ਆਪਣਿਆਂ ਅਮਲਾਂ ਦੀ, ਨਾ ਕੋਈ ਲੈ ਜਾਣਾ ਨਾ ਕੋਈ ਧਰ ਜਾਣਾ। ਕਿਨੂੰ ਪਤਾ ਏ ਅਗਲੇ ਜਹਾਨ ਅੰਦਰ ਕਿੰਨੇ ਡੁੱਬ ਜਾਣਾ ਕਿੰਨੇ ਤਰ ਜਾਣਾ। ਇਹ ਦੁਨੀਆਂ ਹੈ ਇੱਕ ਬਹਾਰ ਮੇਲਾ, ਇੱਕ ਆਉਂਦਾ ਰਵੇ ਦੂਜਾ ਜਾਂਦਾ ਰਵੇ। ਜਿਵੇਂ ਲਿਖੇ ਨੇ ਲੇਖ ਕਿਤਾਬ ਅੰਦਰ, ਇੱਕ ਲਾਂਦਾ ਰਵੇ ਦੂਜਾ ਖਾਂਦਾ ਰਵੇ। ਇਸ ਧਰਤੀ ਨੂੰ ਕੀ ਇਹ ਫਰਕ ਪੈਂਦਾ ਕਿਹੜਾ ਵਾਂਦਾ ਰਵੇ ਕਿਹੜਾ ਗਾਂਦਾ ਰਵੇ। ਰਾਤ ਚਾਨਣੀ ਤੇ ਪਿੰਡੋਂ ਬਾਹਰ ਬਹਿ ਕੇ ਯਾਰ ਸੁਣਦਾ ਰਵੇ, ਖਾਲਸ ਗਾਂਦਾ ਰਵੇ।